ਦੇਸ਼ੋ ਪੁੱਤ। ਹਾਂਜੀ ਮੰਮੀ ਜੀ, ਕੀ ਹੋਇਆ? ਨੌਕਰੀ ਲੱਭਣ ਜਾ ਰਹੀ ਹੈ। ਇਹ ਖਾਲੀ ਪੇਟ ਕਰੋ ਨਹੀਂ ਚਾਹੀਦਾ ਪੁੱਤ। ਨਹੀਂ ਨਹੀਂ ਮੰਮੀ ਜੀ, ਮੈਨੂੰ ਸੱਚੀ ਭੁੱਖ ਨਹੀਂ ਹੈ, ਮੇਰਾ ਦਿਲ ਹੀ ਨਹੀਂ ਕਰ ਰਿਹਾ। ਮੈਨੂੰ ਪਤਾ ਸੀ ਕਿ ਤੂੰ ਇਹੀ ਕਹਿਣਾ ਹੈ, ਇਸ ਲਈ ਤੇਰੇ ਵਾਸਤੇ ਪਰੌਂਠਾ ਬਣਾ ਕੇ ਲਈ ਹੈ। ਫੜ। ਨਹੀਂ ਮੰਮ, ਤੂੰ ਫੜ ਨਾ, ਰਸਤੇ ਚ ਖਾ ਲਈ ਜਰੂਰ ਜਰੂਰ। ਠੀਕ ਹੈ? ਠੀਕ ਹੈ, ਚੰਗਾ ਮੰਮੀ ਜੀ, ਠੀਕ ਹੈ, ਮੈਂ ਚੱਲਦੀ ਹਾਂ। ਗੁੱਡ ਮਾਰਨਿੰਗ ਦੇਸ਼ੋ ਜੀ। ਦੇਸ਼ੋ ਜੀ, ਤੁਸੀਂ ਜਾਣਨਾ ਨਹੀਂ ਚਾਹੋਗੇ ਮੈਂ ਇੱਥੇ ਕਾਹਦੇ ਲਈ ਆਇਆ? ਤੁਸੀਂ ਜੋ ਮਰਜ਼ੀ ਕਰਨ ਆਇਓ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਵੈਸੇ ਵੀ ਤੁਸੀਂ ਆਪੇ ਕਿਹਾ ਸੀ ਨਾ ਕਿ ਅਸੀਂ ਆਪਣੀ ਕੋਈ ਨਿੱਜੀ ਗੱਲਬਾਤ ਨਹੀਂ ਕਰ ਸਕਦੇ, ਤੇ ਕੰਮ ਦੀ ਗੱਲ ਸਾਡੇ ਵਿੱਚ ਰਹੀ ਨਹੀਂ ਹੈ ਕੋਈ। ਦੇਸ਼ੋ ਜੀ, ਇੱਕ ਵਾਰ ਮੇਰੀ ਪੂਰੀ ਗੱਲ ਤਾਂ ਸੁਣ ਲਓ। ਦੇਸ਼ੋ ਜੀ, ਤੈਨੂੰ ਪਤਾ ਹੈ ਕਿ ਜੋ ਕੁਛ ਵੀ ਤੁਹਾਡੇ ਨਾਲ ਹੋਇਆ ਨਾ, ਉਹ ਬਹੁਤ ਗਲਤ ਹੋਇਆ, ਪਰ ਇਹ ਕਿਸੇ ਨੇ ਵੀ ਸੋਚ ਸਮਝ ਕੇ ਨਹੀਂ ਕੀਤਾ। ਇਹਦੇ ਪਿੱਛੇ ਇੱਕ ਗਲਤ ਫਹਿਮੀ ਹੈ। ਗਲਤ ਫਹਿਮੀ? ਜੇ ਗਲਤ ਫਹਿਮੀ ਹੁੰਦੀ ਨਾ ਸਰ ਜੀ, ਤੁਸੀਂ ਘੱਟੋ ਘੱਟ ਮੈਨੂੰ ਬੋਲਣ ਦਾ ਇੱਕ ਮੌਕਾ ਤਾਂ ਦਿੰਦੇ, ਮੇਰੀ ਗੱਲ ਤਾਂ ਸੁਣਦੇ, ਪਰ ਤੁਸੀਂ ਤਾਂ ਮੈਨੂੰ ਕੁਛ ਕਹਿਣ ਹੀ ਨਹੀਂ ਦਿੱਤਾ, ਮੇਰੀ ਇੱਕ ਗੱਲ ਨਹੀਂ ਸੁਣੀ। ਹੁਣ ਮੈਂ ਕੁਝ ਨਹੀਂ ਜਾਣਨਾ ਚਾਹੁੰਦੀ, ਮੈਨੂੰ ਦੇਰ ਹੋ ਰਹੀ ਹੈ, ਕਿਰਪਾ ਕਰਕੇ ਮੈਨੂੰ ਜਾਣ ਦਿਓ। ਦੇਸ਼ੋ ਜੀ, ਮੈਂ ਬਹੁਤ ਵੱਡੀ ਗਲਤੀ ਕੀਤੀ ਸੀ ਤੁਹਾਡੀ ਗੱਲ ਨਾ ਸੁਣ ਕੇ, ਤੇ ਹੁਣ ਤੁਸੀਂ ਵੀ ਉਹੀ ਗਲਤੀ ਕਰ ਰਹੇ ਹੋ ਮੇਰੀ ਗੱਲ ਨਾ ਸੁਣ ਕੇ। ਨਹੀਂ ਸਰ ਜੀ, ਮੇਰੀ ਗਲਤੀ ਸਿਰਫ ਇੰਨੀ ਹੈ ਕਿ ਮੈਂ ਉਸੇ ਦਫ਼ਤਰ ਵਿੱਚ ਕੰਮ ਕਰਦੀ ਹਾਂ ਜਿੱਥੇ ਮੇਰਾ ਸਾਬਕਾ ਪਤੀ ਨੌਕਰੀ ਕਰਦਾ। ਮੇਰੀ ਗਲਤੀ ਸਿਰਫ ਇੰਨੀ ਹੈ ਕਿ ਮੈਂ ਉਸੇ ਘਰ ਵਿੱਚ ਰਹਿੰਦੀ ਹਾਂ ਜਿੱਥੇ ਮੇਰਾ ਸਾਬਕਾ ਪਤੀ ਆਪਣੀ ਸਹੇਲੀ ਨਾਲ ਰਹਿੰਦਾ। ਜੇ ਕੰਪਨੀ ਵਾਲਿਆਂ ਨੂੰ ਮੇਰੀ ਨਿੱਜੀ ਜ਼ਿੰਦਗੀ ਤੋਂ ਇੰਨੀ ਦਿੱਕਤ ਹੈ ਨਾ ਸਰ ਜੀ, ਮੈਂ ਉਸ ਦਫ਼ਤਰ ਵਿੱਚ ਕੰਮ ਨਹੀਂ ਕਰ ਸਕਦੀ। ਮੈਨੂੰ ਮੇਰੇ ਇੰਟਰਵਿਊ ਲਈ ਦੇਰੀ ਹੋ ਰਹੀ ਹੈ, ਚੰਗਾ ਹੋਏਗਾ ਤੁਸੀਂ ਮੈਨੂੰ ਜਾਣ ਦਿਓ। ਹੈਲੋ, ਤੇਰਾ ਭਰਾ ਕੀ ਇੱਥੇ ਕਰਦਾ ਪਿਆ? ਕਿਤੇ ਉਹ ਦੇਸ਼ੋਂ ਲੈਣ ਤਾਂ ਨਹੀਂ ਆਇਆ? ਮੈਨੂੰ ਤਾਂ ਲੱਗਦਾ ਉਹਨੇ ਸਾਡੀ ਗੱਲ ਸੁਣ ਲਈ ਸੀ, ਇਸੇ ਕਰਕੇ ਵਾਪਿਸ ਆਇਆ। ਹੁਣ ਸਭ ਪਤਾ ਚੱਲ ਗਿਆ। ਤੈਨੂੰ ਪਤਾ ਵੀ ਇਹਦਾ ਮਤਲਬ ਕੀ ਹੈ? ਉਹਨੇ ਹੁਣ ਕਦੇ ਵੀ ਆਫਿਸ ਚਲ ਜਾਣਾ। ਮੇਰੀ ਸਾਰੀ ਮਿਹਨਤ ਦਾ ਨਾ ਕੋਈ ਫਾਇਦਾ ਨਹੀਂ ਹੋਣਾ ਆ, ਹੋਰ ਆਕੜਾ ਦਿਖਾਓਗੀ ਹੁਣ ਤੋਂ। ਤੈਨੂੰ ਅਜੇ ਵੀ ਆਪਣੀ ਪਲਾਨ ਦੀ ਪਈ ਹੈ? ਤੂੰ ਆਪਣੇ ਬਾਰੇ ਸੋਚਦੀ ਰਹੀ ਬਸ, ਇੱਥੇ ਮੈਨੂੰ ਘਰੋਂ ਕੱਢ ਦੇਣਾ ਇਹਨਾਂ ਨੇ, ਤੇ ਮੇਰੇ ਕੋਲ ਫਿਰ ਫੁੱਟੀ ਕੋਹਣੀ ਨਹੀਂ ਬਚਣੀ। ਵਧੀਆ, ਤੇਰੇ ਨਾਲ ਇੱਦਾਂ ਹੀ ਹੋਣਾ ਚਾਹੀਦਾ। ਲਾਪਰਵਾਹ ਤਾਂ ਹੈਗਾ ਤੂੰ, ਬੰਦਾ ਆਸੇ ਪਾਸੇ ਦੇਖ ਕੇ ਗੱਲ ਕਰ ਲੈਂਦਾ। ਪਤਾ ਨਹੀਂ ਕੀ ਸਮਝਦੀ ਆਪਣੇ ਆਪ ਨੂੰ, ਮੇਰੇ ਸਿਰ ਤੇ ਛੱਤ ਨਹੀਂ ਬਚਣੀ ਤੇ ਇਹਨੂੰ ਹਜੇ ਵੀ ਆਪਣੀ ਪਈ ਹੈ। ਪੁੱਤਰ,
ਕੀ ਹੋਇਆ ਪੁੱਤਰ? ਦੇਸ਼ੋ ਨੇ ਗੱਲ ਮੰਨੀ? ਨਹੀਂ ਮੰਮੀ ਜੀ, ਗੱਲ ਮੰਨਣੀ ਤਾਂ ਦੂਰ, ਉਹਨਾਂ ਨੇ ਤਾਂ ਮੇਰੇ ਨਾਲ ਗੱਲ ਹੀ ਨਹੀਂ ਕੀਤੀ। ਉਹਨਾਂ ਨੇ ਸਾਫ ਇਨਕਾਰ ਕਰਤਾ ਮੇਰੇ ਨਾਲ ਗੱਲ ਕਰਨ। ਵੈਸੇ ਉਹਨਾਂ ਦਾ ਹੱਕ ਵੀ ਬਣਦਾ, ਗਲਤੀ ਤਾਂ ਸਾਰੀ ਮੇਰੀ ਹੈ, ਨਹੀਂ ਕਦੇ ਉਹਨਾਂ ਨੂੰ ਕੁਛ ਬੋਲਣ ਦਾ ਮੌਕਾ ਨਹੀਂ ਦਿੱਤਾ। ਪੁੱਤਰ ਹੁਣ ਤੂੰ ਕਿਵੇਂ ਸੰਭਾਲੇਂਗਾ ਸਾਰਾ? ਮੰਮੀ ਜੀ, ਇਹ ਸਭ ਮੈਂ ਕਿਵੇਂ ਸੰਭਾਲਾਂਗਾ ਇਹ ਤਾਂ ਮੈਨੂੰ ਨਹੀਂ ਪਤਾ, ਪਰ ਮੈਂ ਨਾ ਦੇਸ਼ੋ ਜੀ ਨੂੰ ਮਿਲ ਕੇ ਦੱਸਣਾ ਚਾਹੁੰਦਾ ਕਿ ਮੈਨੂੰ ਆਪਣੀ ਗਲਤੀ ਤੇ ਕਿੰਨਾ ਅਫਸੋਸ ਹੈ, ਕਿ ਇਸ ਸਭ ਤੋਂ ਬਾਅਦ ਮੈਂ ਕਿੰਨਾ ਸ਼ਰਮਿੰਦਾ, ਮੈਂ ਦੇਸ਼ੋ ਜੀ ਨਾਲ ਇੰਨੀ ਬੇਰੁਖੀ ਨਾਲ ਪੇਸ਼ ਆਇਆ। ਆ ਜੋ ਰੈਸਟੋਰੈਂਟ ਦਾ ਸੁਪਨਾ ਨਾ, ਦੇਸ਼ੋ ਜੀ ਨੇ ਵੀ ਵੇਖਿਆ ਸੀ, ਮੈਂ ਹੁਣ ਉਹਨਾਂ ਨੂੰ ਇਸ ਸੁਪਨੇ ਤੋਂ ਦੂਰ ਹੁੰਦਾ ਨਹੀਂ ਵੇਖ ਸਕਦਾ। ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਇਸ ਪੂਰੇ ਪ੍ਰੋਜੈਕਟ ਦੇ ਲਈ, ਤੇ ਮੇਰੀ ਇੱਕ ਨਾ ਸਮਝੀ ਦੇ ਕਰਕੇ ਉਹ ਇਸ ਸਭ ਤੋਂ ਦੂਰ ਹੋ ਜਾਣ, ਮੈਂ ਤਾਂ ਨਹੀਂ ਹੋਣ ਦੇ ਸਕਦਾ। ਉਹਨਾਂ ਨੂੰ ਵਾਪਿਸ ਆਉਣਾ ਹੀ ਪੈਣਾ। ਕਿਆ ਬਾਤ ਹੈ, ਅੱਜ ਇੰਨੇ ਦਿਨਾਂ ਬਾਅਦ ਚਮਚਮਾਉਂਦੀ ਮੁਸਕਰਾਹਟ ਦੇਖਣ ਨੂੰ ਮਿਲੀ ਹੈ, ਰਾਜ਼ ਕੀ ਹੈ? ਕਿਉਂ ਵੀ, ਵੈਸੇ ਤੈਨੂੰ ਵੇਖ ਕੇ ਨਾ ਮੇਰੇ ਮੂੰਹ ਤੇ ਮੁਸਕਰਾਹਟ ਆ ਹੀ ਜਾਂਦੀ ਹੈ। ਅੱਛਾ ਜੀ, ਇਹ ਗੱਲ ਤਾਂ ਦੱਸੋ, ਸੱਚੀ ਦੱਸੋ ਕੀ ਹੋਇਆ, ਮੈਂ ਵੀ ਖੁਸ਼ ਹਾਂ। ਗੱਲ ਤਾਂ ਕੋਈ ਖਾਸ ਨਹੀਂ, ਬਸ ਅੱਜ ਥੋੜਾ ਰਿਲੈਕਸ ਜਿਹਾ ਫੀਲ ਕਰ ਰਿਹਾ। ਰਿਲੈਕਸ ਕਿਉਂ? ਕੀ ਦੱਸਾਂ, ਸਿੰਪਲ ਹੁਣ ਨਾ ਥੋੜਾ ਸਕੂਨ ਜਿਹਾ ਮਿਲ ਰਿਹਾ ਕਿ ਆਪਣੀ ਐਕਸ ਵਾਈਫ ਤੇ ਥੱਲਾ ਕੇ ਕੰਮ ਨਹੀਂ ਕਰਨਾ ਪਊਗਾ, ਜਿੱਦਾਂ ਮੈਂ ਕਹਿੰਦਾ ਹੁੰਦਾ ਸੀ, ਦੇਸ਼ੋ ਮੈਡਮ ਆਹ ਕਰ ਲਈਏ, ਦੇਸ਼ੋ ਮੈਡਮ ਇੱਦਾਂ, ਦੇਸ਼ੋ ਮੈਡਮ। ਅੱਛਾ ਜੀ, ਹੁਣ ਇੰਨੀ ਜਲਦੀ ਨਾ ਆਰਾਮ ਨਾ ਫਰਮਾਓ, ਕਿਉਂਕਿ ਤੁਹਾਡੀ ਖੁਸ਼ੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਕੀ ਮਤਲਬ? ਮਤਲਬ ਹੈ ਤੁਹਾਡਾ ਬੌਸ ਆਇਆ ਸੀ ਘਰੇ। ਕਿਹੜਾ ਬੌਸ? ਦੁੱਗਲ, ਹੋਰ ਕੌਣ? ਉਹ ਇੱਥੇ ਕੀ ਕਰਨ ਆਇਆ ਸੀਗਾ? ਦੇਸ਼ੋ ਨਾਲ ਗੱਲ ਕਰਨ ਆਇਆ ਸੀ ਉਹ। ਪਰ ਕਿਹੜੀ ਗੱਲ? ਸ਼ਾਇਦ ਉਹਨੂੰ ਲੱਗਦਾ ਹੋਣਾ ਕਿ ਤੁਸੀਂ ਦੋਵੇਂ ਵੱਖ ਹੋ ਚੁੱਕੇ ਹੋ, ਤੇ ਉਹਨੂੰ ਲੱਗਦਾ ਆਇਆ ਹੋਏਗਾ ਕਿ ਉਹਦੇ ਲਈ ਹਾਲੇ ਵੀ ਚਾਂਸ ਹੈਗਾ ਆ। ਤੁਹਾਨੂੰ ਤਾਂ ਪਤਾ ਹੀ ਹੈ ਕਿ ਤੁਹਾਡੀ ਘਰਵਾਲੀ ਨੂੰ ਕਿੰਨਾ ਪਸੰਦ ਕਰਦਾ ਹੈ। ਹੁਣੇ ਤਾਂ ਉਹਨੂੰ ਦਫ਼ਤਰ ਤੋਂ ਤਾਂ ਕੱਢਿਆ ਸੀ ਕਿ ਉਹਨੂੰ ਲੱਗਦਾ ਸੀ ਤੁਸੀਂ ਦੋਵੇਂ ਇਕੱਠੇ ਰਹਿੰਦੇ ਹੋਵੋਗੇ, ਪਰ ਦੇਸ਼ੋ ਨੇ ਉਹਨੂੰ ਦੱਸ ਦਿੱਤਾ ਤੁਸੀਂ ਦੋਵੇਂ ਤਾਂ ਵੱਖ ਰਹਿੰਦੇ ਹੋ। ਬਸ ਫਿਰ ਦੁੱਗਲ ਨੂੰ ਖੁੱਲੀ ਬਾਰੀ ਦੱਸੀ ਤੋ ਆ ਗਿਆ ਅੰਦਰ ਉਹਨੂੰ ਨੌਕਰੀ ਚ ਵਾਪਸ ਲੈ ਜਾਣ ਲਈ। ਹੁਣ ਤਾਂ ਉਹਨੂੰ ਉਹਦੀ ਨੌਕਰੀ ਵੀ ਵਾਪਸ ਮਿਲ ਜਾਣੀ ਹੈ। ਤੁਸੀਂ ਬਸ ਤਿਆਰ ਰਹੋ, ਦੁੱਗਲ ਨੇ ਨਾ ਦੇਸ਼ੋ ਨੂੰ ਤੁਹਾਡੇ ਸਿਰ ਤੇ ਬਿਠਾ ਦੇਣਾ, ਤੁਹਾਡੇ ਗੱਲ ਦਾ ਫੰਦਾ ਬਣਾ ਕੇ। ਅੱਛਾ, ਮੇਰੇ ਲਈ ਗਿਫਟ ਚ ਕੀ ਲੈ ਕੇ ਆਇਓ, ਦੱਸੋ ਤਾਂ ਸਹੀ। ਚਲੋ ਠੀਕ ਹੈ, ਨਾ ਦੱਸੋ, ਮੈਂ ਆਪ ਹੀ ਖੋਲ ਲੈਂਦੀ ਹਾਂ।
ਉਹ ਸੁਣਨ ਲਈ ਤਿਆਰ ਹੀ ਨਹੀਂ ਹੈ। ਉਹਨੂੰ ਤਾਂ ਗੁੱਸਾ ਹੀ ਇੰਨਾ ਹੈ। ਉਹਨੂੰ ਸਮਝਾਉਣ ਦੀ ਇੰਨੀ ਕੋਸ਼ਿਸ਼ ਕਰਦਾ ਰਿਹਾ ਰਣਵੀਰ, ਪਰ ਉਹਨੇ ਇੱਕ ਨਹੀਂ ਸੁਣੀ ਉਹਦੀ। ਮੈਂ ਦੇਸ਼ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ, ਵੈਸੇ ਕਿਸੇ ਦੀ ਗੱਲ ਟਾਲਦੀ ਨਹੀਂ, ਉਹ ਸਭ ਦੀ ਸੁਣਦੀ ਹੈ। ਪਰ ਹੁਣ ਉਹ ਬਹੁਤ ਗੁੱਸੇ 'ਚ ਹੈ, ਇੰਨਾ ਗੁੱਸਾ ਕਿ ਹੁਣ ਉਹ ਕਿਸੇ ਦੀ ਨਹੀਂ ਸੁਣੂਗੀ। ਪਰ ਫਿਰ ਸ਼ਾਇਦ ਠੀਕ ਹੀ ਕੀਤਾ ਉਹਨੇ, ਇੱਕਦਮ ਨਾਲੇ ਨੌਕਰੀ 'ਚੋਂ ਕੱਢਤਾ, ਗੱਲ ਵੀ ਨਹੀਂ ਸੁਣੀ, ਤੇ ਹੁਣ ਦੇਸ਼ੋ ਵੀ ਕਿਉਂ ਸੁਣੇ ਉਹਦੀ। ਉਹਨਾਂ ਦੀ ਗੱਲ ਨਾ ਕਰਨ ਦੇ ਪਿੱਛੇ ਵੀ ਕੋਈ ਕਾਰਨ ਹੋਣਾ। ਤੂੰ ਦੱਸ, ਜੇ ਤੇਰੇ ਕੋਲੋਂ ਕੋਈ ਜਾਣਕਾਰੀ ਛੁਪਾਏ ਤਾਂ ਤੂੰ ਕੀ ਕਰੇਂਗੀ? ਉਹਨਾਂ ਨੂੰ ਲੱਗਿਆ ਕਿ ਉਹਨਾਂ ਨਾਲ ਕੋਈ ਧੋਖਾ ਹੋਇਆ। ਤੁਸੀਂ ਕੀ ਡਿਸਾਈਡ ਹੋ? ਮੇਰੀ ਦੇਸ਼ੋ ਨਾਲ ਚੰਗਾ ਨਹੀਂ ਕੀਤਾ ਉਹਨਾਂ ਨੇ। ਉਹਨੂੰ ਜੇ ਆਪਣੀ ਗਲਤੀ ਦਾ ਅਹਿਸਾਸ ਸੀ ਤਾਂ ਤਾਂ ਹੀ ਮਿਲਣ ਆਇਆ। ਦੇਸ਼ੋ ਨੂੰ ਉਹਦੇ ਨਾਲ ਇੱਦਾਂ ਨਹੀਂ ਕਰਨਾ ਚਾਹੀਦਾ ਸੀ, ਉਹਨੂੰ ਉਹਦੀ ਗੱਲ ਸੁਣ ਲੈਣੀ ਚਾਹੀਦੀ ਸੀ। ਮੈਨੂੰ ਵੀ ਆਹੀ ਲੱਗਦਾ, ਪਰ ਇੰਨਾ ਬੁਰਾ ਮੰਨਣ ਵਾਲੀ ਗੱਲ ਹੈ ਨਹੀਂ। ਬੁਰਾ ਲੱਗਣ ਤੋਂ ਜ਼ਿਆਦਾ ਰਣਵੀਰ ਨੂੰ ਦੁੱਖ ਹੋਇਆ ਹੋਣਾ। ਸਮਝ ਆਈ? ਅੱਛਾ, ਰਣਵੀਰ ਦੇ ਜਜ਼ਬਾਤ ਦੇਸ਼ੋ ਲਈ। ਦੇਸ਼ੋ ਪੁੱਤ। ਹਾਂਜੀ ਪਾਪਾ ਜੀ। ਪੁੱਤ ਕਿੱਦਾਂ ਦਾ ਰਿਹਾ ਤੇਰਾ ਅੱਜ ਦਾ ਦਿਨ? ਇੰਟਰਵਿਊ ਠੀਕ ਹੋ ਗਈ? ਮੈਂ ਤਾਂ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕੀਤੀ ਹੈ ਪਾਪਾ ਜੀ, ਪਰ ਤੁਹਾਨੂੰ ਪਤਾ ਹੀ ਹੈ ਮੈਨੂੰ ਆਪ ਇੰਟਰਵਿਊ ਦੇਣੇ ਨਹੀਂ ਆਉਂਦੇ। ਬਸ ਹੁਣ ਤਾਂ ਆਈ ਉਮੀਦ ਹੈ ਕੋਈ ਚੰਗੀ ਖਬਰ ਆ ਜਾਏ ਛੇਤੀ ਤੋਂ ਛੇਤੀ। ਪੁੱਤ ਰਣਵੀਰ ਕੀ ਚਾਹੁੰਦਾ, ਤੈਨੂੰ ਉਹਦੇ ਨਾਲ ਇੱਕ ਵਾਰੀ ਗੱਲ ਕਰ ਲੈਣੀ ਚਾਹੀਦੀ ਸੀ। ਨਹੀਂ, ਕਿਸੇ ਨੂੰ ਕੋਈ ਗੱਲ ਕਰਨ ਦੀ ਲੋੜ ਨਹੀਂ ਹੈ। ਤੁਹਾਡੀ ਕੁਰਸੀ ਇਹ ਹੈ। ਮੇਰੀ ਕੁਰਸੀ? ਪਰ ਇੱਥੇ ਤਾਂ ਉਹ ਬੈਂਦਾ ਨਾ ਜਿਹਦਾ ਦਫ਼ਤਰ ਹੈ। ਮੈਂ ਵੀ ਤਾਂ ਉਹਨੂੰ ਹੀ ਬੈਠਣ ਨੂੰ ਕਿਹਾ ਜਿਹਦਾ ਕੀ ਇਹ ਦਫ਼ਤਰ ਹੈ। ਤੇਰੀ ਖੁਦ ਦੀ ਵੀ ਕੋਈ ਇੱਜ਼ਤ ਹੈ, ਮਾਣ ਹੈ, ਨਾਲੇ ਤੂੰ ਇੰਨੀ ਮਿਹਨਤ ਕੀਤੀ ਹੈ ਤਾਂ ਹੀ ਉਹਨੇ ਰੈਸਟੋਰੈਂਟ ਚੱਲਦੇ ਪਏ, ਤੇ ਉਹਨਾਂ ਨੇ ਕੀ ਕੀਤਾ, ਤੈਨੂੰ ਬੇਇੱਜ਼ਤ ਕਰਕੇ ਉੱਥੋਂ ਬਾਹਰ ਕੱਢਿਆ। ਤੈਨੂੰ ਦੇਸ਼ੋ ਦੇ ਮਾਨ ਸਨਮਾਨ ਦਾ ਬੜਾ ਧਿਆਨ ਆ ਰਿਹਾ, ਤੂੰ ਤੇ ਖੁਦ, ਮੈਂ ਕਹਿੰਦਾ ਮੇਰੀ ਗੱਲ ਹਲੇ ਬਾਕੀ ਹੈ। ਮੈਂ ਕੋਈ ਗਲਤ ਰਾਏ ਦੇ ਰਿਹਾ?
ਨਾਲੇ ਇੰਨਾ ਕੁਛ ਹੋਣ ਤੋਂ ਬਾਅਦ ਇਹ ਫਿਰ ਵੀ ਗੱਲ ਕਰੇਗੀ, ਭਾਵੇਂ ਕਰ ਵੀ ਲੈ, ਪਰ ਤੈਨੂੰ ਨਾ ਆਪਣੇ ਮਾਨ ਸਨਮਾਨ ਦੀ ਫਿਕਰ ਹੋਣੀ ਚਾਹੀਦੀ ਹੈ। ਹਾਂ ਮੈਂ ਮੰਨਦਾ ਹਾਂ ਕਿ ਤੈਨੂੰ ਇਹੋ ਜਿਹੀ ਨੌਕਰੀ ਕਿਤੇ ਨਹੀਂ ਮਿਲੂਗੀ, ਪਰ ਹਾਂ ਕਮ ਸੇ ਕਮ ਇੱਜ਼ਤ ਤਾਂ ਮਿਲੂਗੀ ਨਾ, ਨਾਲੇ ਤੇਰਾ ਜਿਹੜਾ ਹੁਨਰ ਹੈ ਉਹ ਤੈਨੂੰ ਹਰ ਜਗ੍ਹਾ ਕਾਮਯਾਬ ਬਣਾ ਸਕਦਾ। ਤੁਹਾਡੀ ਸਲਾਹ ਲਈ ਬਹੁਤ ਬਹੁਤ ਧੰਨਵਾਦ, ਪਰ ਮੈਨੂੰ ਤੁਹਾਡੀ ਸਲਾਹ ਦੀ ਕੋਈ ਲੋੜ ਨਹੀਂ, ਮੈਂ ਆਪਣੇ ਫੈਸਲੇ ਆਪ ਕਰ ਸਕਦੀ ਤੇ ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਆਪਣੀ ਰਾਏ ਮੇਰੇ ਫੈਸਲਿਆਂ ਉੱਤੇ ਥੋਪੇ। ਹਾਂ ਮੈਂ ਤੁਹਾਡੀ ਗੱਲ ਮੰਨਦੀ ਹਾਂ ਕਿ ਮੇਰੀ ਵੀ ਆਪਣੀ ਇੱਜ਼ਤ ਹੈ, ਪਰ ਉਸ ਇੱਜ਼ਤ ਦਾ ਖਿਆਲ ਕਿਸ ਤਰ੍ਹਾਂ ਰੱਖਣਾ ਤੈਨੂੰ ਚੰਗੀ ਤਰ੍ਹਾਂ ਪਤਾ। ਦੇਸ਼ੋ ਸਹੀ ਕਹਿ ਰਹੀ ਹੈ, ਸਾਨੂੰ ਉਹਦੇ ਕੀਤੇ ਹੋਏ ਫੈਸਲੇ ਦੇ ਉੱਤੇ ਆਪਣੇ ਫੈਸਲੇ ਨਹੀਂ ਥੋਪਣੇ ਚਾਹੀਦੇ, ਤੇ ਨਾਲੇ ਤੈਨੂੰ ਤਾਂ ਬਿਲਕੁਲ ਕੋਈ ਹੱਕ ਨਹੀਂ ਉਹਨੂੰ ਕੋਈ ਵੀ ਗੱਲ ਕਹਿਣ ਦਾ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਤੁਹਾਨੂੰ ਵੀ ਨਾ ਮੈਨੂੰ ਕੋਈ ਸਲਾਹ ਨਹੀਂ ਦੇਣੀ ਚਾਹੀਦੀ ਕਿਉਂਕਿ ਤੁਹਾਡੀ ਸਲਾਹ ਮੈਨੂੰ ਬਿਲਕੁਲ ਪਸੰਦ ਨਹੀਂ ਆਉਂਦੀ। ਤੈਨੂੰ ਪਸੰਦ ਆਊਗੀ ਵੀ ਕਿਵੇਂ, ਤੈਨੂੰ ਤਾਂ ਡਰ ਹੈ ਨਾ ਕਿ ਰਣਵੀਰ ਦੇਸ਼ ਨੂੰ ਦੁਬਾਰਾ ਨੌਕਰੀ ਤੇ ਨਾ ਰੱਖ ਲਵੇ, ਫਿਰ ਤੇਰੇ ਤੋਂ ਕਿੱਥੇ ਬਰਦਾਸ਼ਤ ਹੋਣਾ ਹੈ ਕਿ ਉਹ ਦੁਬਾਰਾ ਤੇਰੇ ਤੇ ਬੋਸ ਬਣ ਕੇ ਆ ਜਾਵੇ ਤੇ ਕੋਈ ਹੋਰ ਉਹਨੂੰ ਤੇਰੇ ਤੋਂ ਜ਼ਿਆਦਾ ਮਹੱਤਵ ਤੇ ਇੱਜ਼ਤ ਦੇਵੇ, ਕਿਉਂਕਿ ਤੇਰੇ ਤੋਂ ਤਾਂ ਇਹ ਸਾਰੀ ਜ਼ਿੰਦਗੀ 'ਚ ਕਦੇ ਹੋਣਾ ਨਹੀਂ। ਪੁੱਤਰ ਤੂੰ ਦੇਸ਼ੋ ਬਾਰੇ ਸੋਚ ਰਿਹਾ ਹੈ ਨਾ? ਮੰਮੀ ਜੀ ਮੈਂ ਇੱਕ ਹੋਰ ਕੋਸ਼ਿਸ਼ ਕੀਤੀ ਹੈ ਦੇਸ਼ੋ ਜੀ ਨਾਲ ਗੱਲ ਕਰਨ, ਬਸ ਉਹਨਾਂ ਦੇ ਜਵਾਬ ਦੀ ਵੇਟ ਕਰ ਰਹੇ, ਹਲੇ ਵੀ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ। ਪੁੱਤਰ ਥੋੜਾ ਸਮਾਂ ਦੇ ਉਹਨੂੰ, ਸਮਾਂ ਹਰ ਸੱਟ ਦੀ ਮੱਲਮ ਹੁੰਦਾ ਹੈ ਤੇ ਦੇਸ਼ੋ ਦੇ ਜ਼ਖਮ ਵੀ ਹਲੇ ਹਰੇ ਨੇ, ਸਮੇਂ ਦੇ ਨਾਲ ਨਾਲ ਉਹ ਸੁਣੂਗੀ ਵੀ ਤੇ ਸਮਝੂਗੀ ਵੀ। ਤੁਸੀਂ ਠੀਕ ਕਹਿੰਦੇ ਮੰਮੀ ਜੀ, ਮੈਂ ਬਿਨਾਂ ਕਿਸੇ ਭੁੱਲ ਤੋਂ ਹੀ ਦੇਸ਼ੋ ਜੀ ਨਾਲ ਇੰਨਾ ਗਲਤ ਕੀਤਾ, ਉਹਨਾਂ ਦਾ ਹੁਣ ਮੇਰੇ ਨਾਲ ਨਾਰਾਜ਼ ਹੋਣਾ ਤਾਂ ਬਣਦਾ ਹੀ। ਪਰ ਪੁੱਤਰ ਸਾਨੂੰ ਉਹਨੂੰ ਅਹਿਸਾਸ ਦਿਵਾਉਣਾ ਪੈਣਾ ਕਿ ਸਾਡੇ ਕੋਲੋਂ ਭੁੱਲ ਹੋਈ ਹੈ, ਉਹਨੇ ਸਾਡੀ ਕੰਪਨੀ ਲਈ ਬਹੁਤ ਕੰਮ ਕੀਤਾ, ਉਹਨੂੰ ਉਹਦਾ ਮਾਣ ਮਿਲਣਾ ਚਾਹੀਦਾ ਤੇ ਸਾਨੂੰ ਹਰ ਹਾਲਤ 'ਚ ਉਹਨੂੰ ਕੰਪਨੀ 'ਚ ਵਾਪਸ ਲੈ ਕੇ ਆਉਣਾ ਚਾਹੀਦਾ। ਹਾਂਜੀ ਮੰਮੀ ਜੀ, ਤੁਹਾਨੂੰ ਪਤਾ ਮੈਂ ਦੇਸ਼ੋ ਜੀ ਦੀ ਇੰਨੀ ਕਦਰ ਕਿਉਂ ਕਰਦਾ, ਕਿਉਂਕਿ ਉਹ ਉਸ ਕਦਰ ਦੇ ਲਾਇਕ ਨੇ, ਇਹ ਉਹਨਾਂ ਦੀ ਹਿੰਮਤ ਹੀ ਹੈ ਕਿ ਉਹ ਮੈਨੂੰ ਕੰਪੀਟੀਸ਼ਨ ਦਿੰਦੇ ਨੇ, ਨਹੀਂ ਤਾਂ ਕਿਸੇ ਦੀ ਇੰਨੀ ਹਿੰਮਤ ਨਹੀਂ ਕਿ ਰਣਵੀਰ ਦੁੱਗਲ ਨੂੰ ਕੰਪੀਟੀਸ਼ਨ ਦੇ ਸਕੇ। ਜਿੱਦਾਂ ਅਸੀਂ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਨਾ, ਉਸ ਤੋਂ ਬਾਅਦ ਤਾਂ ਮੈਂ ਬਿਲਕੁਲ ਹੀ ਹਾਰ ਗਿਆ, ਹੁਣ ਉਹਨਾਂ ਨੂੰ ਕੰਪਨੀ ਦੇ ਵਿੱਚ ਵਾਪਸ ਲਿਆਉਣਾ ਬਹੁਤ ਔਖਾ, ਫਿਰ ਵੀ ਜੋ ਕੁਛ ਵੀ ਕਰਨਾ ਪਵੇ
ਬੈਕਨਾਪ ਕਰਾਂਗਾ ਤੇ ਦੇਸ਼ੋ ਜੀ ਨੂੰ ਵਾਪਸ ਕੰਪਨੀ ਦੇ ਵਿੱਚ ਲੈ ਕੇ ਆਊਂਗਾ। ਹਾਂਜੀ ਮਹਿਮਾ ਬੁਕੇ ਪਰ ਇਹ ਕਿਹਦੇ ਲਈ ਹੈ? ਮਹਿਮਾ ਦੇਸ਼ੋ ਮੈਮ ਲਈ, ਤੁਸੀਂ ਦੇਸ਼ੋ ਮੈਮ ਹੋ? ਹਾਂਜੀ ਹਾਂਜੀ ਮੈਂ ਹੀ ਦੇਸ਼ੋ। ਠੀਕ ਹੈ, ਥੈਂਕ ਯੂ, ਵੈਲਕਮ। ਆਗੇ ਦੇ ਵਾਸਤੇ ਦੇਸ਼ੋ ਲਈ ਆਏ? ਦੇਸ਼ੋ ਜੀ ਮੈਨੂੰ ਮਾਫ ਕਰ ਦਿਓ, ਪਲੀਜ਼ ਮੈਨੂੰ ਇੱਕ ਹੋਰ ਮੌਕਾ ਦਿਓ ਆਪਣੀ ਗੱਲ ਕਹਿਣ ਦਾ। ਉਸ ਤੋਂ ਬਾਅਦ ਤੁਹਾਡਾ ਜਿਹੜਾ ਵੀ ਫੈਸਲਾ ਹੋਏਗਾ ਮੈਨੂੰ ਮਨਜ਼ੂਰ ਹੋਏਗਾ। ਕਿਹਨੇ ਭੇਜਿਆ? ਨਾਮ ਲਿਖਿਆ ਹੋਣਾ। ਹੋਰ ਕੌਣ ਹੋ ਸਕਦਾ? ਰਣਵੀਰ। ਇਹਨੂੰ ਤਾਂ ਅੱਜ ਤੱਕ ਕਦੇ ਕਿਸੇ ਨੇ ਭੇਜਿਆ ਨਹੀਂ ਹੈ। ਵੈਸੇ ਮੈਂ ਬਾਹਰ ਸੁੱਟਾ ਨਹੀਂ, ਦੇਸ਼ੋ ਨੂੰ ਕਿਹੜਾ ਪਤਾ ਲੱਗਣਾ ਹੈ? ਸਿੰਪਲ, ਕਿਹਨੇ ਭੇਜਿਆ ਤੇ ਕੀ ਸੁੱਟਣ ਲੱਗੀਆਂ? ਤੇਰੇ ਸਰ ਜੀ ਨੇ ਭੇਜਿਆ ਤੇਰੇ ਲਈ। ਵੈਸੇ ਵਧੀਆ ਤਰੀਕਾ, ਨਾਲੇ ਇਹ ਬੰਦਾ ਨਾ ਆਪਣੀ ਹੱਦਾਂ ਪਾਰ ਕਰ ਰਿਹਾ। ਹਾਲੇ ਤਾਂ ਫੁੱਲ ਭੇਜੇ ਨੇ, ਰੱਖੋ ਪਤਾ ਨੀ ਕੀ ਕੀ ਕਰੂਗਾ। ਅਰਮਾਨ, ਅਰਮਾਨ, ਫੋਨ ਤਾਂ ਚੱਕ। ਤੇਸ਼ੂ ਜੀ ਤੁਹਾਨੂੰ ਕੀ ਲੱਗਦਾ ਸਰ ਜੀ ਮੈਂ ਤੁਹਾਡੇ ਆਹ ਸਭ ਕਰਨ ਨਾਲ ਮੰਨ ਜੂੰਗੀ? ਮੈਨੂੰ ਸਿਰਫ ਇੱਕ ਮੌਕਾ ਚਾਹੀਦਾ ਤੇਸ਼ੂ ਜੀ, ਆਪਣੀ ਗੱਲ ਕਰਨ ਦਾ ਮੌਕਾ। ਮੌਕਾ? ਕਿਹੜਾ ਮੌਕਾ ਤੇ ਕਿਉਂ ਦਵਾਂ ਮੈਂ ਤੁਹਾਨੂੰ ਮੌਕਾ? ਮੈਂ ਕਿੰਨੀ ਕੋਸ਼ਿਸ਼ ਕੀਤੀ ਪਰ ਤੁਸੀਂ ਮੇਰੀ ਇੱਕ ਵੀ ਗੱਲ ਨਹੀਂ ਸੁਣੀ, ਤੇ ਸੁਣਨਾ ਤਾਂ ਦੂਰ ਦੀ ਗੱਲ ਹੈ, ਤੁਸੀਂ ਮੈਨੂੰ ਨੌਕਰੀ ਤੋਂ ਵੀ ਕੱਢ ਦਿੱਤਾ। ਪਰ ਮੈਂ ਹੁਣ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ, ਇਹਨਾਂ ਫੁੱਲਾਂ ਦੀ ਮੈਨੂੰ ਕੋਈ ਲੋੜ ਨਹੀਂ, ਮੈਂ ਇੱਥੇ ਛੱਡ ਕੇ ਜਾ ਰਹੀ। ਦੇਸ਼ੂ ਜੀ, ਦੇਸ਼ੂ ਜੀ ਇੱਕ ਮਿੰਟ, ਬਸ ਇੱਕ ਮਿੰਟ ਦੇ ਲਈ ਰੁਕ ਕੇ ਨਾ, ਪਲੀਜ਼ ਪਲੀਜ਼ ਮੇਰੀ ਗੱਲ ਸੁਣ। ਮੈਂ ਕਿਹਾ ਨਾ ਸਰ ਜੀ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨਾ ਚਾਹੁੰਦੀ। ਚੁੱਪ।
ਚੁੱਪ, ਅਗਲੇ ਇੱਕ ਮਿੰਟ ਦੇ ਲਈ ਨਾ ਬਸ ਚੁੱਪ ਕਰਕੇ ਮੇਰੀ ਗੱਲ ਸੁਣ। ਤੇਸ਼ੋ ਜੀ, ਮੈਂ ਬਸ ਤੁਹਾਡੇ ਤੋਂ ਮਾਫੀ ਮੰਗਣਾ ਚਾਹੁੰਦਾ। ਪਲੀਜ਼ ਪਲੀਜ਼ ਮੈਨੂੰ ਮਾਫ ਕਰ। ਮੈਨੂੰ ਪਤਾ ਕਿ ਜੋ ਕੁਛ ਵੀ ਹੋਇਆ ਉਹ ਸਾਰੀ ਗਲਤੀ ਮੇਰੀ, ਮੇਰੀ ਵਜ੍ਹਾ ਤੋਂ ਤੁਹਾਨੂੰ ਨੌਕਰੀ ਵੀ ਛੱਡਣੀ ਪੈ ਗਈ। ਪਲੀਜ਼ ਮੈਨੂੰ ਮਾਫ ਕਰ ਤੇ ਆਫਿਸ ਵਾਪਸ ਆ ਜਾ। ਆਫਿਸ ਨੂੰ ਤੁਹਾਡੀ ਜ਼ਰੂਰਤ ਹੈ ਦੇਸ਼ੂ ਜੀ। ਮੈਨੂੰ ਹੋਰ ਪਰੇਸ਼ਾਨ ਨਾ ਕਰੋ ਸਰ ਜੀ, ਤੁਹਾਡੇ ਤੇ ਮੇਰੇ ਵਿੱਚ ਕੋਈ ਗੱਲ ਨਹੀਂ ਰਹੀ ਕਰਨ ਵਾਲੀ। ਜਿੱਥੇ ਮੇਰੀ ਇੰਨੀ ਜਿਹੀ ਵੀ ਕਦਰ ਨਹੀਂ ਹੈ ਨਾ, ਮੈਂ ਉੱਥੇ ਨੌਕਰੀ ਨਹੀਂ ਕਰ ਸਕਦੀ। ਪਤਾ ਨਹੀਂ ਤੁਸੀਂ ਮੈਨੂੰ ਕਦੇ ਮਾਫ ਕਰੋਗੇ ਵੀ ਜਾਂ ਨਹੀਂ।